हां जी देख रहे हो विजयन पंजाब टीवी बिकते दे रहो देखने वाला चैनल है ਤੇ ਮੈਂ ਦੀਪਕ ਸ਼ਰਮਾ ਚਨਾਰਥਲ ਇੱਕ ਵਾਰ ਫਿਰ ਲੈ ਕੇ ਹਾਜ਼ਰਾਂ ਖਬਰਾਂ ਦੀ ਖਬਰ ਨਿੱਕੇ ਹੁੰਦੇ ਆ ਨਾ ਸਕੂਲੇ ਖੇਡਦੇ ਹੁੰਦੇ ਸੀ ਪੰਡਾ ਪੰਡਾਰੀਆ ਕਿੰਨਾ ਕੁ ਭਾਰ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਸੋ ਅੱਜ ਉਹ ਹਕੀਕਤ ਦੇ ਵਿੱਚ ਮਸੀਬਤਾਂ ਦੀਆਂ ਮੁਠੀਆਂ ਲਗਾਤਾਰ ਸਾਡੇ ਸਿਰਾਂ ਤੇ ਰੱਖੀਆਂ ਜਾ ਰਹੀਆਂ ਇੱਕ ਨੂੰ ਲਾ ਕੇ ਛੱਡਦੇ ਆ ਦੂਜੀ ਫੇਰ ਰੱਖ ਦਿੱਤੀ ਜਾਂਦੀ ਆ ਤੇ ਉਹ ਵੀ ਲੋਕਾਂ ਵੱਲੋਂ ਚੁਣੀਆਂ ਲੋਕਾਂ ਦੀਆਂ ਕਹਾਉਂਦੀਆਂ ਸਰਕਾਰਾਂ ਵੱਲੋਂ ਹੀ ਬਿਲਕੁਲ ਜੀ ਜੇਕਰ ਮੈਂ ਕੇਂਦਰ ਦੇ ਹਵਾਲੇ ਨਾਲੇ ਗੱਲ ਕਰਾਂ ਤਾਂ ਲਗਾਤਾਰ ਮਤਲਬ ਕਿ ਇਸ ਤਰ੍ਹਾਂ ਦੀਆਂ ਮੁਸੀਬਤਾਂ ਲੋਕਾਂ ਦੇ ਸਾਹਮਣੇ ਆਈਆਂ ਚਾਹੇ ਉਹ ਨੋਟਬੰਦੀ ਦੇ ਰੂਪ ਦੇ ਵਿੱਚ ਚਾਹੇ ਜੀਐਸਟੀ ਦੇ ਰੂਪ ਦੇ ਵਿੱਚ ਅਜੋ ਮਸਲੇ ਮੁੱਕੇ ਨਹੀਂ ਸੀ ਕਿ ਐਨਆਰਸੀ ਸੀਏ ਦਾ ਮੁੱਦਾ ਲਿਆ ਕੇ ਸਾਡੇ ਸਿਰ ਤੇ ਬਿਠਾਤਾ ਉਸ ਦੇ ਦੌਰਾਨ ਹੀ ਧਾਰਾ 370 ਫਿਰ ਭਾਸ਼ਾਵਾਂ ਨਾਲ ਧੱਕੇਸ਼ਾਹੀ ਇਹ ਸਾਰੇ ਮਾਮਲੇ ਸਾਹਮਣੇ ਆਉਣ ਲੱਗੇ ਤੇ ਅਚਾਨਕ ਸਭ ਤੋਂ ਵੱਡੀ ਮਾਰ ਪੰਜਾਬ ਦੇ ਹਵਾਲੇ ਨਾਲ ਜ਼ਿਕਰ ਮੈਂ ਗੱਲ ਕਰਾਂ ਤਾਂ ਖੇਤੀ ਆਰਡੀਨੈਂਸਾਂ ਨੇ ਮਾਰੀ ਤੇ ਇਸ ਸਮੇਂ ਖੇਤੀ ਆਰਡੀਨੈਂਸ ਲੋਕ ਸਭਾ ਰਾਜ ਸਭਾ ਚੋਂ ਪਾਸ ਹੋ ਕੇ ਰਾਸ਼ਪਤ ਦੀ ਮੋਹਰ ਤਵਾਜੋ ਕਾਨੂੰਨੀ ਰੂਪ ਧਾਰ ਚੁੱਕੇ ਨੇ ਤਾਂ ਹੁਣ ਸਾਰੇ ਸੰਗਠਨ ਕਿਸਾਨ ਜਥੇਬੰਦੀਆਂ ਵਿਰੋਧੀ ਧਿਰਾਂ ਪੰਜਾਬ ਦੀਆਂ ਰਾਜਨੀਤਿਕ ਦਲ ਆਪੋ ਆਪਣੀ ਵਿਊਤ ਬੰਦੀ ਕੱਢ ਰਹੀਆਂ ਨੇ ਕਿ ਕਿਵੇਂ ਇਸ ਬਿਲਾ ਨੂੰ ਹੁਣ ਕਾਨੂੰਨ ਨੂੰ ਹੁਣ ਕਿਵੇਂ ਬਦਲਾਇਆ ਜਾ ਸਕਦਾ ਕਿਵੇਂ ਰੋਕਿਆ ਜਾ ਸਕਦਾ ਇਸ ਦੇ ਤੋੜ ਕੀ ਨੇ ਉਹ ਸਾਰੇ ਰਾਹ ਲੱਭ ਰਹੀਆਂ ਨੇ ਪਰ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਪੰਡਾ ਪੰਡਾਰੀਆ ਕਿੰਨਾ ਕੁ ਪਾਰ ਇੱਕ ਮੁਠੀ ਚੱਕ ਲੈ ਦੂਜੀ ਤਿਆਰ ਅਜੇ ਪਹਿਲੀ ਦਾ ਮਸਲਾ ਨਿਬੜਿਆ ਨਹੀਂ ਕਿ ਕੇਂਦਰ ਸਾਡੇ ਤੇ ਖੋਰ ਮੁਠੀ ਭਾਰ ਵਾਲੀ ਰੱਖਣ ਜਾ ਰਿਹਾ ਬਿਲਕੁਲ ਜੀ ਕੇਂਦਰ ਚਾਹੁੰਦਾ ਹੈ ਕਿ ਹੁਣ ਸਾਰੀਆਂ ਚੋਣਾਂ ਇੱਕੋ ਗੇੜ ਚ ਕਰਾ ਲਿਆ ਕਰੀਏ ਖਾਸ ਕਰ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਕੱਠੀਆਂ ਕਰਾਈਏ ਇਹਦੀ ਪਹਿਲਾਂ ਵੀ ਕੰਸੋ ਮਿਲਦੀ ਸੀ ਸੋ ਕੰਸੋ ਹੁਣ ਅਮਲੀ ਜਾਮਾ ਪਹਿਨਾਉਣ ਦੀ ਤਿਆਰੀ ਆ ਕਿਸੇ ਵੀ ਸਮੇ ਇਹ ਨਮਾ ਨੋਟੀਫਿਕੇਸ਼ਨ ਸਾਹਮਣੇ ਆ ਸਕਦਾ ਹੈ ਇਸ ਨੂੰ ਕੈਬਨਿਟ ਚ ਪਾਸ ਕਰਕੇ ਇਸ ਨੂੰ ਵੀ ਬਿਲਦੇ ਰੂਪ ਚ ਅਗਲੇ ਸੈਸ਼ਨ ਚ ਲਿਆਂਦਾ ਜਾ ਸਕਦਾ ਹੈ ਇਹਦੀ ਕਬਾਇਦ ਬਕਾਇਦਾ ਤੌਰ ਤੇ ਕੇਂਦਰ ਸਰਕਾਰ ਨੇ ਸ਼ੁਰੂ ਕਰ ਦਿੱਤੀ ਆ ਕਿ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਾਈਏ ਇਹਦੀਆਂ ਇਕੱਠੀਆਂ ਕਰਾਉਣ ਦਾ ਮਤਲਬ ਜਿਹੜਾ ਤਾਂ ਹਵਾਲਾ ਦਿੱਤਾ ਜਾਂਦਾ ਜਿਵੇਂ ਆਰਡੀਨੈਂਸ 'ਚ ਬਹੁਤ ਚੰਗੀਆਂ ਚੀਜ਼ਾਂ ਗੜਾਈ ਜਾਂਦੀਆਂ ਇੱਕ ਕ੍ਰਾਂਤੀਕਾਰੀ ਫੈਸਲਾ ਉਮੇ ਇਹਦਾ ਵੀ ਹਵਾਲਾ ਦਿੱਤਾ ਜਾਂਦਾ ਕਿ ਇਹਦੇ ਨਾਲ ਖਰਚੇ ਬਚਣਗੇ ਦੋਰੇ ਕੰਮ ਨਹੀਂ ਹੋਣਗੇ ਕਿ ਇੱਕੋ ਦਿਨ ਦੇ ਵਿੱਚ ਜਿਵੇਂ ਆਪਣੇ ਪੰਜਾਬ 'ਚ ਕਈ ਵਾਰ ਹੁੰਦਾ ਨਾ ਕਿ ਇੱਕੋ ਦਿਨ ਦੇ ਵਿੱਚ ਅੱਜ ਕੁੜੀ ਵਿਦਾ ਕਰਤੀ ਦੂਏ ਦਿਨ ਮੁੰਡੇ ਦੀ ਜਨ ਚੜ੍ਹ ਲਈ ਕਿ ਇਕੱਠੇ ਹੀ ਕਰ ਲਓ ਇੱਕੋ ਦਿਨ ਮੇਲ ਹੋ ਗਿਆ ਇੱਕੋ ਰੋਟੀ ਨਾਲ ਸਰ ਗਿਆ ਚਲੋ ਉਹੀ ਹਲਵਾਈ ਸਰ ਗਿਆ ਕਿ ਇਕੱਠੇ ਵਿਆਹ ਕਰ ਲੇ ਦੋ ਉਹ ਕੰਮ ਕਰਨ ਨੂੰ ਫਿਰਦੀ ਆ ਕਿ ਖਰਚਾ ਬਚੂਗਾ ਕਹਿੰਦੇ ਇਹਦੇ ਨਾਲ ਸੋ ਸਰਕਾਰ ਸੋਚਦੀ ਆ ਸਰਕਾਰ ਕਹਿਣਾ ਚਾਹੁੰਦੀ ਆ ਕਿ ਇਹਦੇ ਨਾਲ ਖਰਚਾ ਬਚੂ ਪਰ ਜਦੋਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣਗੀਆਂ ਤਾਂ ਲੋਕ ਸਭਾ ਦੇ ਮੁੱਦੇ ਇੰਨੇ ਭਾਰੀ ਹੋ ਜਾਣਗੇ ਕਿ ਪੰਜਾਬ ਦੇ ਆਪਣੇ ਮੁੱਦੇ ਕਿਤੇ ਥੱਲੇ दब ਜਾਣ ਤੇ ਕੇਂਦਰ ਸਰਕਾਰਾਂ ਕੇਂਦਰ ਦੀਆਂ ਪਾਰਟੀਆਂ ਰਾਸ਼ਟਰੀ ਪਾਰਟੀਆਂ ਆਪਣੇ ਆਪ ਸਾਰਾ ਕੁਝ ਖਿੱਚ ਕੇ ਲੈ ਜਾਣ ਉਹ ਵਿਧਾਨ ਸਭਾ ਦੀਆਂ ਵੋਟਾਂ ਵੀ ਖਿੱਚ ਲੈਣ ਤੇ ਲੋਕ ਸਭਾ ਦੀਆਂ ਵੋਟਾਂ ਵੀ ਖਿੱਚ ਲੈਣ ਸੋ ਖੇਤਰੀ ਮੁੱਦਿਆਂ ਨੂੰ ਦਬਾਉਣ ਦੀ ਇਹਦੇ ਵਿੱਚ ਇੱਕ ਸਾਜ਼ਿਸ਼ ਇੱਕ ਤਾਏ ਦੂਜਾ ਇਹਦਾ ਪਹਿਲੂ ਇੱਕਠੀਆਂ ਚੋਣਾ ਕਰਾਉਣ ਦੀ ਕਵਾਇਦ ਦੇ ਨਾਲ-ਨਾਲ ਇੱਕ ਸਾਂਝੀ ਵੋਟਰ ਸੂਚੀ ਵੀ ਬਣਾਈ ਜਾ ਰਹੀ ਆ ਬਿਲਕੁਲ ਜੀ ਇਸ ਦੇ ਲਈ ਕੇਂਦਰ ਵਿੱਚ ਬੈਠਕਾਂ ਦਾ ਦੌਰ ਚੱਲ ਚੁੱਕਿਆ ਮੈਂ ਉੱਥੇ ਤੱਕ ਵੀ ਆਵਾਂਗਾ ਉਹ ਬੈਠਕਾਂ ਤੋਂ ਬਾਅਦ ਹੁਣ ਇਹ ਰਣਨੀਤੀ ਤੇ ਵੀ ਕੰਮ ਹੋ ਰਿਹਾ ਕਿ ਸੂਬਿਆਂ ਨੂੰ ਕਿਵੇਂ ਮਨਾਉਣਾ ਹੈ ਕਿ ਸੂਬਿਆਂ ਦੀਆਂ ਜਿਹੜੀਆਂ ਪੰਚਾਇਤੀ ਵੋਟਰ ਲਿਸਟਾਂ ਨੇ ਜਿਹੜੀਆਂ ਨਗਰ ਨਿਗਨ ਨਗਰ ਕਾਉਂਸਲ ਦੀਆਂ ਵੋਟਰ ਲਿਸਟਾਂ ਨੇ ਉਹ ਵੋਟਰ ਲਿਸਟਾਂ ਰੱਦ ਹੋ ਜਾਣ ਤੇ ਲੋਕ ਸਭਾ ਤੇ ਵਿਧਾਨ ਸਭਾ ਵਾਲੀਆਂ ਜਿਹੜੀਆਂ ਚੋਣ ਕਮਿਸ਼ਨ ਵੱਲੋਂ ਐਲਾਨੀਆਂ ਹੋਈਆਂ ਵੋਟਰ ਲਿਸਟਾਂ ਨੇ ਉਹੀ ਮਾਨਤਾ ਲੈਣ ਤੇ ਉਹਨਾਂ ਹੀ ਵੋਟਰ ਲਿਸਟਾਂ ਦੇ ਚੋਣ ਪਿੰਡਾਂ ਦੀ ਪੰਚਾਇਤਾਂ ਦੀ ਵੀ ਹੋਇਆ ਕਰੇ ਤੇ ਉਹਨਾਂ ਹੀ ਵੋਟਰ ਲਿਸਟਾਂ ਦੇ ਉੱਤੇ ਨਗਰ ਨਿਗਮ ਨਗਰ ਕਾਉਂਸਲ ਦੀਆਂ ਚੋਣਾਂ ਸੋ ਵੋਟਰ ਲਿਸਟ ਵੀ ਇੱਕੋ ਬਣਾਉਣ ਦੀ ਤਿਆਰੀ ਆ ਇਹਦਾ ਵੀ ਮਤਲਬ ਪੰਚਾਇਤੀ ਤੇ ਨਗਰ ਨਿਗਮ ਕਾਉਂਸਲ ਚੋਣਾਂ ਦਾ ਵੀ ਪੰਚਾਇਤੀ ਚੋਣਾਂ ਦਾ ਵੀ ਸਾਰਾ ਅਧਿਕਾਰ ਬਾਯਾ ਚੋਣ ਕਮਿਸ਼ਨ ਕੇਂਦਰ ਆਪਣੇ ਹੱਥ ਚ ਲੈਣ ਤਾਂ ਹੀ ਕਿਹਾ ਜਾ ਰਿਹਾ ਕਿ ਸਾਰੀਆਂ ਚੀਜ਼ਾਂ ਦਾ ਕੇਂਦਰੀਕਰਨ ਇਹ ਉਹੀ ਹੈ ਇੱਕ ਦੇਸ਼ ਇੱਕ ਪਾਸ਼ਾ ਇੱਕ ਦੇਸ਼ ਇੱਕ ਟੈਕਸੀ ਇੱਕ ਦੇਸ਼ ਇੱਕ ਮੰਡੀ ਤੇ ਹੁਣ ਇੱਕ ਦੇਸ਼ ਇੱਕ ਚੋਣ ਸੋ ਇਹ ਸਾਰਾ ਕੁਝ ਫਿਰ ਗੱਲ ਉੱਥੀ ਆਉਣੀ ਹੈ ਕਿ ਇੱਕ ਦੇਸ਼ ਇੱਕ ਪਾਰਟੀ ਸੋ ਇਸ ਲਈ ਸਾਰਾ ਕੁਝ ਇੱਕੋ ਰੰਗ ਚ ਰੰਗਣ ਦੀ ਤਿਆਰੀ ਜਿਹੜੀ ਹੋ ਰਹੀ ਹੈ ਉਹਦੀ ਕਵਾਇਦ ਸ਼ੁਰੂ ਹੋ ਗਈ ਆ ਇਸ ਲਈ ਮੈਂ ਕਹਿ ਰਿਹਾ ਕਿ ਇੱਕ ਮੁਠੀ ਰੱਖੀ ਹੋਈ ਸੀ ਹਜੇ ਉਹਦਾ ਭਾਰ ਉਤਰਿਆ ਨਹੀਂ ਦੂਜੀ ਮੁਠੀ ਰੱਖਣ ਦੀ ਤਿਆਰੀ ਆ ਬਿਲਕੁਲ ਜੀ ਲੰਗੇ ਦੋ ਤਿੰਨ ਹਫ਼ਤੇ ਪਹਿਲਾਂ ਹੀ ਪੀਐਮ ਹਾਊਸ ਦੇ ਵਿੱਚ ਇੱਕ ਬਕਾਇਦਾ ਬੈਠਕ ਬੁਲਾਈ ਗਈ ਆ ਕਹਿੰਦੇ ਉਸ ਬੈਠਕ ਦੇ ਵਿੱਚ ਪੰਚਾਇਤੀ ਰਾਜ ਕਾਨੂੰਨੀ ਪੰਚਾਇਤੀ ਰਾਜ ਕਾਨੂੰਨ ਨਾਲ ਸੰਬੰਧਿਤ ਵਿਭਾਗ ਸ਼ਹਿਰੀ ਵਿਕਾਸ ਵਰਗੇ ਮੰਤਰਾਲੇ ਫਿਰ ਚੋਣ ਕਮਿਸ਼ਨ ਦੇ ਅਧਿਕਾਰੀ ਇਹ ਸਾਰੇ ਇਕੱਤਰ ਸੀਗੇ ਸੋ ਮੈਂ ਤਾਂ ਹੀ ਕਹਾਂ ਕਿ ਸਾਰਾ ਕੁਝ ਖਿਚੜੀ ਬਣਾਉਣ ਦੀ ਤਿਆਰੀ ਆ ਸੋ ਪੰਚਾਇਤੀ ਰਾਜ ਨਾਲ ਸੰਬੰਧਿਤ ਵੀ ਕਾਨੂੰਨ ਨਾਲ ਸੰਬੰਧਿਤ ਵੀ ਸ਼ਹਿਰੀ ਵਿਕਾਸ ਨਾਲ ਸੰਬੰਧਿਤ ਵੀ ਮੰਤਰਾਲਿਆਂ ਨਾਲ ਸੰਬੰਧਿਤ ਵੀ ਹਾਂ ਤੇ ਚੋਣਯੋਗ ਚੋਣ ਕਮਿਸ਼ਨ ਨਾਲ ਸੰਬੰਧਿਤ ਵੀ ਉਹਨਾਂ ਦੇ ਅਧਿਕਾਰੀ ਮੌਜੂਦ ਸੀਗੇ ਵਿਸ਼ਾ ਕੀ ਸੀ ਇਸ ਬੈਠਕ ਦਾ ਕਿ ਸਾਰੀਆਂ ਚੋਣਾਂ ਇੱਕ ਹੀ ਸੂਚੀ ਰਾਹੀਂ ਕਰਾਈਆਂ ਜਾਣ ਇੱਕ ਹੀ ਸਾਂਝੀ ਵੋਟਰ ਸੂਚੀ ਹੋਵੇ ਸਾਰੀਆਂ ਚੋਣਾਂ ਦੀ ਪੰਚਾਇਤ ਨਗਰ ਕਾਉਂਸਲ ਨਗਰ ਨਿਗਮ ਵਿਧਾਨ ਸਭਾ ਤੇ ਲੋਕ ਸਭਾ ਸੋ ਸਾਰੀਆਂ ਚੋਣਾਂ ਇੱਕ ਹੀ ਸੂਚੀ ਨਾਲ ਕਰਾਉਣ ਦੀ ਕਵਾਇਦ ਦੇ ਵਿੱਚ ਇਹ ਬੈਠਕ ਹੋਈ ਤੇ ਬੈਠਕ ਦੇ ਵਿੱਚ ਇੱਕ ਸਾਂਝੀ ਰਣਨੀਤੀ ਬਣੀ ਜਿਹਦੇ ਤਹਿਤ ਹੋਇਆ ਕਿ ਉਹਨੇ ਕੈਬਨਟ ਨੂੰ ਭੇਜੋ ਫਾਈਲ ਤਿਆਰ ਕਰਕੇ ਉਹ ਤੋਂ ਬਾਅਦ ਕੈਬਨਟ ਚਾਵੇ ਉਹ ਤੋਂ ਬਾਅਦ ਇਹਨੂੰ ਬਿੱਲ ਦਾ ਰੂਪ ਦੇ ਕੇ ਕਾਨੂੰਨ ਦਾ ਰੂਪ ਦੇ ਕੇ ਇਹਨੂੰ ਅਮਲੀ ਜਾਮਾ ਪਹਿਨਾਈਏ ਤੁਸੀਂ ਲਈ ਅਗਲਾ ਦਾ ਅਗਲਾ ਹਮਲਾ ਕੇਂਦਰ ਹੁਣ ਸਾਡੀਆਂ ਪੰਚਾਇਤੀ ਤੇ ਨਗਰ ਨਿਗਮ ਨਗਰ ਕਾਉਂਸਲ ਚੌਣਾ ਤੇ ਕਰਨ ਜਾ ਰਿਹਾ ਹੈ ਇਹਨਾਂ ਦਾ ਵੀ ਕੇਂਦਰੀਕਰਨ ਕਰਨ ਦੀ ਤਿਆਰੀ ਹੈ ਹੁਣ ਸਾਂਝੀ ਵੋਟਰ ਸੂਚੀ ਸਾਡੇ ਤੇ ਲਾਗੂ ਕਰਨ ਦੀ ਤਿਆਰੀ ਹੈ ਕਿ ਪੰਚਾਇਤ ਦੇ ਵਿੱਚ ਵੱਖਰੀ ਵੋਟਰ ਸੂਚੀ ਹੈ ਉਸ ਨੂੰ ਵੀ ਉਹੀ ਵੋਟਰ ਸੂਚੀ ਨਾਲ ਹੋਵੇ ਜਿਹਦੇ ਨਾਲ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਵੋਟਾਂ ਪੈਂਦੀਆਂ ਨਗਰ ਨਿਗਮ ਨਗਰ ਕਾਉਂਸਲ ਦੀਆਂ ਵੀ ਵੋਟਰ ਸੂਚੀਆਂ ਨੂੰ ਰੱਦ ਕਰਕੇ ਉਹ ਵੀ ਉਸੇ ਵੋਟਰ ਸੂਚੀ ਨਾਲ ਵੋਟਾਂ ਪੈਣ ਜਿਹੜੀਆਂ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਪੈਂਦੀਆਂ ਤੇ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਵੀ ਇਕੱਠੀਆਂ ਕਰਾ ਦੋ ਤਾਂ ਕਿ ਜਿਹੜੇ ਮੁੱਦੇ ਨੇ ਸੂਬਿਆਂ ਦੀਆਂ ਜਿਹੜੀਆਂ ਮੰਗਾਂ ਨੇ ਸੂਬਿਆਂ ਦੇ ਜਿਹੜੇ ਮਸਲੇ ਨੇ ਉਹ ਲੋਕ ਸਭਾ ਦੀਆਂ ਚੋਣ ਮੁੱਦਿਆਂ ਦੇ ਵਿੱਚ ਦਬ ਕੇ ਰਹਿ ਜਾਣ ਸੋ ਇਸ ਢੰਗ ਨਾਲ ਵੀ ਖੇਤਰੀ ਮੁੱਦਿਆਂ ਨੂੰ ਦਵਾਉਣ ਦੀ ਖੇਤਰੀ ਪਾਰਟੀਆਂ ਨੂੰ ਦਵਾਉਣ ਦੀ ਖੇਤਰੀ ਮਸਲਿਆਂ ਨੂੰ ਦਵਾਉਣ ਦੀ ਤੇ ਸੂਬਿਆਂ ਤੋਂ ਅਧਿਕਾਰ ਖੋਣ ਦੀ ਖੋਰ ਕਵਾਇਦਾ ਜੀ ਇਹਦੇ ਲਈ ਵੀ ਤਿਆਰ ਰਹਿਣਾ ਸੋ ਇਸ ਲਈ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਈਆਂ ਖਬਰਾਂ ਤੁਹਾਡੇ ਤੱਕ ਲੈ ਕੇ ਆਪੜਾ ਜਿਹੜੀਆਂ ਖਬਰਾਂ ਸਾਡੇ ਨਾਲ ਤੁਹਾਡੇ ਨਾਲ ਸਿੱਧੀਆਂ ਸਾਡੇ ਕਮਾ ਦੇ ਉੱਤੇ ਪ੍ਰਭਾਵ ਪਾਉਂਦੀਆਂ ਨੇ। ਸੋ ਜਿੱਥੇ ਤੱਕ ਗੱਲ ਚੱਲ ਰਹੀ ਸੀ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਆਪਾਂ ਖਬਰਾਂ ਦੀ ਖਬਰ 'ਚ ਤੁਹਾਨੂੰ ਪਹਿਲਾਂ ਦੱਸਦੇ ਰਹੇ, ਪਹਿਲਾਂ آگਾਹ ਕਰਦੇ ਰਹੇ ਕਿ ਲਓ ਜੀ ਹੁਣ ਕਿਸਾਨ ਮੁੱਦੇ ਦੇ ਉੱਤੇ ਅਕਾਲੀ ਭਾਜਪਾ ਦੇ ਰਿਸ਼ਤੇ ਟੁੱਟਣ ਵਾਲੇ ਨੇ। ਬੀਬੀ ਹਰਸ਼ਿੰਦਰ ਕੌਰ ਦਾ ਅਸਤੀਫਾ ਤਿਆਰੀ ਆ, ਸੋ ਅਸਤੀਫਾ ਹੋ ਗਿਆ। ਉਸ ਤੋਂ ਬਾਅਦ ਆਪਾਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਗੱਠ ਜੋ ਟੁੱਟਿਆ ਬਈ ਹੈ ਬਸ ਐਲਾਨ ਬਾਕੀ ਆ। ਉਹ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਵੀ ਹੋ ਸਕਦਾ ਹੈ। ਉਹ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਵੀ ਉਸ ਤੋਂ ਪਹਿਲਾਂ ਹੀ ਕਿਹਾ ਸੀ। ਸੋ ਪ੍ਰੈਸ ਕਾਨ ਇਸ ਮਸਲੇ ਤੇ ਮੈਂ ਫਿਰ ਪੜਨ ਦੀ ਕੋਸ਼ਿਸ਼ ਵੀ ਕਰਦਾ ਰਹਿਣਾ ਬਖੋ-ਬਖ ਮਾਇਰਾਂ ਦੀ رائے ਜਾਣਨ ਦੀ ਸੋ ਉਸ ਤਰ੍ਹਾਂ ਦੀ ਇੱਕ رائے ਮੇਰੇ ਹੱਥ ਲੱਗੀ ਬਲਦੇਵ ਕ੍ਰਿਸ਼ਨ ਸ਼ਰਮਾ ਨੇ ਉਹਨਾਂ ਦੀ ਇੱਕ رائے ਹੈ ਉਹ ਮੈਂ ਇੱਕ ਮਤਲਬ ਕਿ ਮੀਡੀਆ ਦੇ ਇੱਕ ਅਧਾਰੇ ਦੇ ਵਿੱਚ ਪ੍ਰਕਾਸ਼ਿਤ ਹੋਈ ਇੱਕ ਨਾਮਚਿੰਨ ਵੱਡੇ ਅਖਬਾਰ ਵਿੱਚ ਪ੍ਰਕਾਸ਼ਿਤ ਹੋਈ ਤੋਂ ਮੈਂ ਉਸ ਬਾਰੇ ਨਾਲ ਉਹਨਾਂ ਦੇ ਪੰਜ ਕੁ ਸਵਾਲ ਉਹ ਜਵਾਬ ਮੈਂ ਤੁਹਾਡੇ ਸਾਹਮਣੇ ਰੱਖਦਾ ਕਹਿੰਦੇ ਪੰਥਕ ਆਧਾਰ ਖਿਸਕਣ ਤੋਂ ਬਾਅਦ ਕਿਸਾਨ ਵੋਟ ਬਚਾਉਣ ਦਾ ਬੜਾ ਦਾ ਖੇਡਿਆ ਅਕਾਲੀ ਦਲ ਨੇ ਸੋ ਪੰਜ ਸਵਾਲਾਂ ਤੋਂ ਕਹਿੰਦੇ ਸਮਝੋ ਕਿ ਅਕਾਲੀ ਦਲ ਤੇ ਭਾਜਪਾ ਦੀ ਹੁਣ ਨਵੀਂ ਰਣਨੀਤੀ ਕੀ ਹੋਏਗੀ ਉਹਨਾਂ ਦਾ ਪੰਜਾਬ ਦੇ ਵਿੱਚ ਰਾਜਨੀਤਿਕ ਰੂਪ ਤੇ ਸਰੂਪ ਕੀ ਹੋਏਗਾ ਇੱਥੋਂ ਸਮਝ ਆਏਗਾ ਸੋ ਬਲਦੇਵ ਕ੍ਰਿਸ਼ਨ ਸ਼ਰਮਾ ਹੋਰਾਂ ਦੀ ਉਹ ਲਿਖਤ ਉਹਨਾਂ ਦੇ ਉਹ ਸਵਾਲ ਜਵਾਬਾਂ ਦੇ ਹਵਾਲੇ ਨਾਲ ਮੈਂ ਲੋ ਜੀ ਇਹ ਸਥਿਤੀ ਵੀ ਤੁਹਾਡੇ ਸਾਹਮਣੇ ਰੱਖ ਦੇਣਾ ਪਹਿਲਾ ਸਵਾਲ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਆਖਦੇ ਸਨ ਕਿ ਅਕਾਲੀ ਭਾਜਪਾ ਦਾ ਨੌ ਮਾਸ ਦਾ ਰਿਸ਼ਤਾ ਹੈ ਫਿਰ ਸਬੰਧਾਂ ਵਿੱਚ ਇੰਨੀ ਗਹਿਰੀ ਦਰਾਰ ਕਿਵੇਂ ਆ ਗਈ ਕਹਿੰਦੇ ਲੋ ਜੀ ਫਿਰ ਜਵਾਬ ਸੁਣੋ ਬਲਦੇਵ ਕ੍ਰਿਸ਼ਨ ਉਹ ਲਿਖਦੇ ਨੇ ਕਹਿੰਦੇ ਪੰਜਾਬ ਚ ਅਕਾਲੀਆਂ ਦੀ ਰਾਜਨੀਤੀ ਪੂਰੀ ਤਰ੍ਹਾਂ ਪੰਥਕ ਵੋਟ ਤੇ ਕਿਸਾਨ ਕਾਡਰ ਉਤੇ ਟਿਕੀ ਰਹੀ ਆ ਪਿਛਲੀਆਂ ਚੋਣਾਂ ਵਿੱਚ ਪੰਥਕ ਵੋਟ ਇਹਨਾਂ ਦੀ ਤਕੜੀ ਤੋਂ ਖਿਸ ਗਈ ਸੀ ਮਾਲਵਾ ਜਿੱਥੇ ਅਕਾਲੀ ਦਲ ਸਭ ਤੋਂ ਜ਼ਿਆਦਾ ਮਜ਼ਬੂਤ ਹੁੰਦਾ ਹੈ ਉੱਥੇ ਕਿਸਾਨ ਹੀ ਉਹਨਾਂ ਦਾ ਸਭ ਤੋਂ ਵੱਡਾ ਵੋਟ ਬੈਂਕ ਰਿਹਾ ਇਸ ਤਰ੍ਹਾਂ ਜਿਸ ਤਰ੍ਹਾਂ ਕਾਂਗਰਸ ਤੇ ਆਪ ਨੇ ਖੇਤੀ ਆਰਡੀਨੇਸਾਂ ਦੇ ਮੁੱਦੇ ਨੂੰ ਫੜਿਆ ਸ਼੍ਰੋਮਣੀ ਅਕਾਲੀ ਦਲ ਚਾਹ ਕੇ ਵੀ ਇਹ ਨਹੀਂ ਕਰ ਸਕਦੀ ਸੀ ਹਰਸਿਮਰਤ ਕੇਂਦਰ ਵਿੱਚ ਮੰਤਰੀ ਸੀ ਤੇ ਪਾਰਟੀ ਐਨਡੀਏ ਵਿੱਚ ਭਾਈਵਾਲ ਇਸ ਲਈ ਪਹਿਲਾਂ ਹਰਸਿਮਰ ਦਾ ਅਸਤੀਫਾ ਕਰਾਇਆ ਇਸ ਤੋਂ ਬਾਅਦ ਗੱਠਜੋੜ ਤੋਂ ਵੱਖ ਵੱਖਰਾ ਰਾਹ ਬਣਾਇਆ ਅਕਾਲੀਆਂ ਨੇ ਬੇਸ਼ੱਕ ਕਹਿੰਦੇ ਮਾਸਟਰ ਸਟੋਕ ਖੇਡਿਆ ਹੋਵੇ ਸਚਿੰਤ ਤਿੰਦੁਲਕਰ ਵਾਲਾ ਕਹਿੰਦੇ ਸ਼ਾਰਟ ਮਾਰਿਆ ਹੋਵੇ ਚਾਹੇ ਮੋਦੀ ਨੂੰ ਪਰ ਕਹਿੰਦੇ ਹੋ ਸਕਦਾ ਵਿਸ਼ਵਾਸ ਚ ਵੀ ਲਿਆ ਹੋਵੇ ਕਿ ਸਾਨੂੰ ਇਹ ਕਰਨਾ ਪੈਣਾ ਜੀ ਪੰਜਾਬ ਦੇ ਲਈ ਆਪਾਂ ਵੀ ਇਹ ਗੱਲ ਕਰਦੇ ਰਹੇ ਆ ਨਾ ਸੋ ਇਸ ਲਈ ਮਾਹਿਰ ਵੀ ਇਸ ਗੱਲ ਤੇ ਕਿਤੇ ਸੋਚ ਰਹੇ ਨੇ ਕਿ ਕਿਤੇ ਭਾਈ ਹੋ ਸਕਦਾ ਮੰਨ ਕੇ ਖੇਡਿਆ ਹੋਵੇ ਤੈਅ ਕਰਕੇ ਪਰ ਹੁਣ ਬਹੁਤ ਦੇਰ ਕਰਤੀ ਖੇਡਿਆ ਵੀ ਦੇਰ ਨਾਲ ਤੇ ਹੁਣ ਖੇਡ ਲਿਆ ਹੁਣ ਪਿੱਛੇ ਜਾਣਾ ਵੀ ਔਖਾ ਸੋ ਉਹ ਵੀ ਲਿਖਦੇ ਨੇ ਉਹ ਕਹਿੰਦੇ ਕਿ ਅਕਾਲੀਆਂ ਨੇ ਬੇਸ਼ੱਕ ਇਹ ਮਾਸਟਰ ਸਟ੍ਰੋਕ ਮੋਦੀ ਨੂੰ ਵਿਸ਼ਵਾਸ ਚ ਲੈ ਕੇ ਹੀ ਮਾਰਿਆ ਹੋਵੇ ਕਿ ਅਸੀਂ ਜੀ ਪੰਜਾਬ ਦੇ ਵਿੱਚ ਆਪਣੀ ਥਾਂ ਕਾਇਮ ਰੱਖਣ ਦੇ ਲਈ ਅਸਤੀਫਾ ਵੀ ਦੇਾਂਗੇ ਗੱਠਜੋੜ ਤੋਂ ਬਾਹਰ ਵੀ ਆਵਾਂਗੇ ਪਰ ਉਸ ਦੇ ਲਈ ਹੁਣ ਨਵੇਂ ਸਿਰੇ ਤੋਂ ਐਨਡੀਆ ਦੇ ਦਰਵਾਜ਼ੇ ਤੇ ਜਾਣਾ ਆਸਾਨ ਨਹੀਂ ਜਦੋਂ ਹਰਸ਼ੀਮਰਤ ਕੋਰ ਬਾਦਲ ਦੇ ਅਸਤੀਫੇ ਨੂੰ ਫੜਨ ਦੇ ਲਈ ਬੂਹਾ ਨਹੀਂ ਖੁੱਲਦਾ ਮੋਦੀ ਸਰਕਾਰ ਦਾ ਨਰਿੰਦਰ ਮੋਦੀ ਹੋਰੀ ਗੱਲ ਕਰ ਲਈ ਉਹਦੇ ਲਈ ਬੂਹਾ ਨਹੀਂ ਖੋਲਦੇ ਉਹਨਾਂ ਦੇ ਚੈਂਬਰ 'ਚ ਬੂਹਾ ਖੜਕਾਉਂਦੀ ਰਹਿੰਦੀ ਆ ਬੀਬੀ ਹਰਸਿਮਰਤ ਕੌਰ ਬਾਦਲ ਹੁਣ ਐਨਡੀਏ 'ਚ ਮੁੜ ਵਾਪਸੀ ਲਈ ਪੂਰੇ ਦਲ ਨੂੰ ਅੰਦਰ ਬਾੜਨ ਲਈ ਕੌਣ ਦੂਏ ਦੋਨੇ ਬੂਹੇ ਖੋਲੂਗਾ ਸੋ ਇਸ ਲਈ ਹੁਣ ਆਸ ਬਹੁਤ ਘਟ ਗਈ ਆ ਅਗਲਾ ਸਵਾਲ ਅਕਾਲੀ ਇੰਨੇ ਕਮਜ਼ੋਰ ਹੋ ਗਏ ਕਿ 22 ਸਾਲ ਪੁਰਾਣੇ ਗੱਠਜੋੜ ਦੇ ਬਾਵਜੂਦ ਕੇਂਦਰ ਸਰਕਾਰ ਵਿੱਚ ਆਪਣੀ ਗੱਲ ਵੀ ਨਹੀਂ ਮੰਨਵਾ ਪਾਏ ਤੇ ਜਿਹੜੇ ਬਿੱਲ ਸੀ ਉਹ ਪਾਸ ਹੋ ਗਏ ਉਹ ਕਹਿੰਦੇ ਇਹਦਾ ਮਤਲਬ ਕੀ ਐਨੇ ਕਮਜ਼ੋਰ ਹੋ ਗਿਆ ਅਕਾਲੀ ਦਲ ਕਿਉ ਆਪਣਾ ਮਨਾ ਵੀ ਨਹੀਂ ਸਕਿਆ ਲਓ ਜੀ ਫਿਰ ਇਹਦਾ ਜਵਾਬ ਅਕਾਲੀ ਦਲ ਨੇ ਜਦੋਂ ਭਾਜਪਾ ਦੇ ਨਾਲ ਗੱਠਜੋੜ ਕੀਤਾ ਸੀ ਤਾਂ ਤਸਵੀਰ ਇੱਕਦਮ ਉਲਟ ਸੀ ਪੰਜਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਪ੍ਰਸਤੀ ਵਿੱਚ ਅਕਾਲੀ ਦਲ ਦਾ ਸਿੱਕਾ ਚੱਲਦਾ ਸੀ ਤੇ ਭਾਜਪਾ ਪੰਜਾਬ ਵਿੱਚ ਤਾਂ ਪੰਜਾਬ ਵਿੱਚ ਤਾਂ ਤਾਕਤਵਰ ਸੀ ਹੀ ਕੇਂਦਰ ਵਿੱਚ ਵੀ ਉਸ ਸਮੇਂ ਕਮਜ਼ੋਰ ਕਮਜ਼ੋਰ ਸੀਗੀ ਮਤਲਬ ਭਾਜਪਾ ਜਿਹੜੀ ਕਹਿੰਦੇ ਉਹ ਪੰਜਾਬ 'ਚ ਵੀ ਕਮਜ਼ੋਰ ਸੀ ਤੇ ਕੇਂਦਰ ਚ ਵੀ ਕਮਜ਼ੋਰ ਸੀ ਭਾਜਪਾ ਪੰਜਾਬ ਵਿੱਚ ਤਾਂ ਸੀ ਹੀ ਕੇਂਦਰ ਵਿੱਚ ਵੀ ਉਸ ਸਮੇਂ ਕਮਜ਼ੋਰ ਸੀ ਪਿਛਲੇ ਵਿਧਾਨ ਸਭਾ ਚੋਣਾਂ ਵਿੱਚ ਅਕਾਲੀਆਂ ਦੇ ਬੁਰੇ ਦਿਨ ਸ਼ੁਰੂ ਹੋਏ ਪਾਰਟੀ ਤੀਸਰੇ ਨੰਬਰ ਤੇ ਖਿਸ ਗਈ ਮੁੱਖ ਵਿਰੋਧੀ ਧਿਰ ਵੀ ਨਹੀਂ ਬਣ ਸਕੀ ਹੈ ਰਹੀ ਸਹੀ ਕਸਰ ਲੋਕ ਸਭਾ ਚੋਣਾਂ ਵਿੱਚ ਨਿਕਲ ਗਈ ਮੋਦੀ ਦੀ ਲਹਿਰ ਸੀ ਕਹਿੰਦੇ ਸਾਰੇ ਦੇਚ ਮੋਦੀ ਦਾ ਡੰਕਾ ਵੱਜ ਰਿਹਾ ਸੀ ਉਸ ਦੇ ਬਾਵਜੂਦ ਅਕਾਲੀ ਦਲ ਸਿਰਫ ਆਪਣੇ ਪਰਿਵਾਰ ਦੀਆਂ ਸੁਖਵੀਰ ਬਾਦਲ ਤੇ ਹਰਸਿਮਰਤ ਦੀਆਂ ਦੋ ਸੀਟਾਂ ਹੀ ਜਿੱਤ ਸਕੇ ਜਦੋਂ ਕੋਈ ਭਾਜਪਾ ਵੀ ਦੋ ਜਿੱਤ ਗਈ। ਅਕਾਲੀਆਂ ਦੇ ਬਰਾਬਰ ਆ ਗਈ। ਭਾਜਪਾ ਵਿੱਚ ਕਿਤੇ ਨਾ ਕਿਤੇ ਸੁਰਗਰਾਟ ਸ਼ੁਰੂ ਹੋ ਗਈ, ਕੁਸਰਮੁਸਰ ਸ਼ੁਰੂ ਹੋ ਗਈ ਕਿ ਅਕਾਲੀਆਂ ਦਾ ਉਸ ਨੂੰ ਨੁਕਸਾਨ ਹੋ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਅ ਦੇ ਜਿਹੜੇ ਰਿਸ਼ਤੇ ਸੀਗੇ ਬਣਾਏ ਹੋਏ ਸਨਮਾਨਤ ਰਿਸ਼ਤੇ ਤੇ ਪੁਰਾਣੇ ਗੱਠਜੋੜ ਦੇ ਕਾਰਨ ਹਰਸਿਮਰਤ ਨੂੰ ਕੈਬਨਿਟ ਚ ਦਾ ਥਾਂ ਮਿਲ ਗਈ। ਬਾਦਲ ਦੀ ਪਹੁੰਚ ਕਾਰਨ ਬਾਦਲ ਦੇ ਪੁਰਾਣੇ ਰਿਸ਼ਤੇ ਕਿਤੇ ਇੰਨਾ ਕੁ ਤਾਂ ਕੰਮ ਆ ਗਏ ਕਿ ਆਪਣੀ ਨੌ ਨੂੰ ਕੈਬਨਿਟ ਮੰਤਰੀ ਬਣਾ ਗਏ। ਪਰ ਗਠਜੋੜ ਨੂੰ ਮਜ਼ਬੂਤ ਨਹੀਂ ਕਰ ਸਕੇ ਪਰ ਪੁਰਾਣੇ ਗਠਜੋੜ ਕਰਕੇ ਕੈਬਨਿਟ 'ਚ ਥਾਂ ਤਾਂ ਮਿਲੀ ਪਰ ਅਕਾਲੀਆਂ ਦਾ ਰਤਬਾ ਪਹਿਲਾਂ ਵਰਗਾ ਨਹੀਂ ਸੀ ਪਹਿਲਾਂ ਵਰਗਾ ਮਾਨਤਾ ਨਹੀਂ ਸੀ ਸਪਸ਼ਟ ਬਹੁਮਤ ਦੇ ਨਾਲ ਆਈ ਮੋਦੀ 2 ਸਰਕਾਰ ਪਹਿਲਾਂ ਤੋਂ ਵੀ ਕੜੇ ਤੇ ਲੋਕ ਵਿਰੋਧੀ ਫੈਸਲੇ ਲੈ ਰਹੀ ਸੀ ਇਸ ਕਾਰਨ ਖੇਤੀ ਆਰਡੀਨੈਂਸ ਜਦੋਂ ਆਏ ਤਾਂ ਅਕਾਲੀਆਂ ਦੇ ਨੂੰ ਅਣਸੁਣਾ ਕਰ ਦਿੱਤਾ ਗਿਆ ਹੋ ਸਕਦਾ ਹੈ ਕਿੰਨੇ ਅਕਾਲੀਆਂ ਨੇ ਅੰਦਰ ਵੀ ਕਿਹਾ ਹੋਵੇ ਕਿ ਸਾਡੇ ਲਈ ਔਖਾ ਹੋ ਜੂ ਪਰ ਕਹਿੰਦੇ ਉੱਥੇ ਕਿਸੇ ਨੇ ਨਹੀਂ ਸੁਣੀ ਇਹਨਾਂ ਦੀ ਤੀਜਾ ਸਵਾਲ ਅਕਾਲੀ ਭਾਜਪਾ ਦੀ ਰਾਜਨੀਤੀ ਤੇ ਹੁਣ ਕੀ ਅਸਰ ਹੋਵੇਗਾ ਲਓ ਜੀ ਬਲਦੇਵ ਕ੍ਰਿਸ਼ਨ ਸ਼ਰਮਾ ਕਹਿੰਦੇ ਕਿ ਪੰਜਾਬ ਸਿੱਖ ਪ੍ਰਦੇਸ਼ ਹੈ ਸਿੱਖ ਬੋਗਣਤੀ ਵਾਲਾ ਸੂਬਾ ਹੈ ਇਸ ਗਠਜੋੜ ਦੇ ਟੁੱਟਣ ਦਾ ਅਸਰ ਅਕਾਲੀਆਂ ਦੇ ਉੱਤੇ ਘੱਟ ਭਾਜਪਾ ਦੀ ਰਾਜਨੀਤੀ ਤੇ ਜ਼ਿਆਦਾ ਪੈਣਾ ਸੋ ਅਕਾਲੀਆਂ ਦਾ ਜਿਹੜਾ ਨੁਕਸਾਨ ਹੋਣਾ ਉਹ ਤਾਂ ਪਹਿਲਾਂ ਹੀ ਹੋਇਆ ਵੈ ਪਰ ਹੁਣ ਭਾਜਪਾ ਨੂੰ ਵੀ ਵੱਡਾ ਨੁਕਸਾਨ ਹੋਣਾ ਕਹਿੰਦੇ ਭਾਜਪਾ ਦੇ ਕੋਲ ਸਿੱਖ ਚਿਹਰਿਆਂ ਦੇ ਬਹੁਤ ਘਾਟ ਹੈ ਜਿਸ ਕਿਸਾਨ ਮੁੱਦੇ ਉੱਤੇ ਉਹ ਘिरी ਹੋਈ ਹੈ ਉਸ ਦੇ ਚਿਹਰੇ ਵੀ ਉਸ ਕੋਲ ਨਹੀਂ ਹਨ ਨਾ ਸਿੱਖ ਚਿਹਰੇ ਨੇ ਨਾ ਕਿਸਾਨ ਚਿਹਰੇ ਨੇ ਇਹੀ ਕਾਰਨ ਹੈ ਕਿ ਇੱਥੇ ਅੰਦੋਲਨ ਜਿਆਦਾ ਤੂਲ ਫੜਦੇ ਹਨ ਪੜੋਸੀ ਸੂਬੇ ਹਰਿਆਣਾ ਵਿੱਚ ਵੀ ਗਵਾਂਢੀ ਸੂਬਾ ਜਿਹੜਾ ਹਰਿਆਣਾ ਕਹਿੰਦਾ ਸਾਡਾ ਉੱਥੇ ਵੀ ਕਹਿੰਦਾ ਇਹ ਇਹਦਾ ਅਸਰ ਚੱਲ ਰਿਹਾ ਹੁਣ ਸਵਾ ਸਾਲ ਬਾਅਦ ਵਿਧਾਨ ਸਭਾ ਚੋਣਾਂ ਨੇ ਐ ਪੰਜਾਬ ਦੀ ਜੇਕਰ ਗੱਲ ਕਰੀਏ ਭਾਜਪਾ 23 ਸੀਟਾਂ ਤੇ ਚੋਣ ਲੜਦੀ ਰਹੀ ਹੈ ਅਕਾਲੀ 94 ਸੀਟਾਂ ਦੇ ਲੜਦੇ ਨੇ ਨੇ ਸ਼੍ਰੋਮਣੀ ਕਾਲ ਨੂੰ ਲਲ ਨੂੰ 23 ਸੀਟਾਂ ਦੇ ਉੱਤੇ ਚਿਹਰੇ ਲੱਭਣੇ ਪੈਣਗੇ ਪਰ ਭਾਜਪਾ ਦੇ ਲਈ ਕੱਲਿਆਂ ਚੋਣ ਲੜਦੇ ਆ 94 ਸੀਟਾਂ ਦੇ ਚਿਹਰੇ ਲੱਭਣੇ ਔਖੇ ਹੋ ਜਾਣੇ। ਕਹਿੰਦੇ ਆ ਅਕਾਲੀ ਦਲ ਤਾਂ 23 ਸੀਟਾਂ ਦੇ ਫੇਰ ਵੀ ਚਿਹਰੇ ਲੱਭ ਲੂ। ਪਰ ਭਾਜਪਾ ਨੂੰ 94 ਸੀਟਾਂ ਦੇ ਚਿਹਰੇ ਲੱਭਣੇ ਬਹੁਤ ਔਖੇ ਹੋਣੇ ਨੇ। ਉਹਨਾਂ ਲਈ ਕਹਿੰਦੇ ਪਹਾੜ ਤੋੜਨ ਵਰਗੀ ਗੱਲ ਹੋਗੀ। ਅਕਾਲੀ ਦਲ ਅੰਦਰੂਨੀ ਟੁੱਟ ਅਤੇ ਕਿਸਾਨਾਂ ਦੀ ਇਸ ਨਾਰਾਜ਼ਗੀ 'ਚ ਉੱਭਰਨ ਵਿੱਚ ਸਫਲ ਵੀ ਹੋ ਸਕਦਾ ਹੈ। ਪਰ ਹੁਣ ਉਹ ਮੋਦੀ ਦੀਆਂ ਉਪਲਬਧੀਆਂ ਨਹੀਂ ਗਿਣਾ ਸਕੇਗਾ। ਸੂਬੇ ਵਿੱਚ ਬੇਅਦਬੀ ਵਰਗੇ ਮਾਮਲਿਆਂ 'ਚ ਉੱਭਰਨਾ ਵੀ ਉਸਤੇ ਲਈ ਚਣੌਤੀ ਬਣਿਆ ਰਹੇਗਾ ਸੋ ਆਸਾਨ ਉਹਦੇ ਲਈ ਵੀ ਨਹੀਂ ਪੰਜਾਬ ਦੀ ਰਾਜਨੀਤੀ ਉੱਤੇ ਹੁਣ ਇਹ ਅਲੱਗ ਹੋਣ ਦਾ ਗੱਠਜੋੜ ਟੁੱਟਣ ਦਾ ਸਿੱਧਾ ਕੀ ਅਸਰ ਹੋਵੇਗਾ ਕਹਿੰਦੇ 2022 ਦੀਆਂ ਚੋਣਾਂ ਨੂੰ ਵੇਖਦੇ ਆ ਪੰਜਾਬ ਵਿੱਚ ਰਾਜਨੀਤੀ ਪੂਰੀ ਤਰ੍ਹਾਂ ਬਦਲੀ ਵਿਖੇਗੀ ਦਲਾਂ ਵਿੱਚ ਕਰਹਾਟ ਟਕਰਾਵ ਵਧੇਗਾ ਅਕਾਲੀਆਂ ਨੂੰ ਨਾ ਕੇਵਲ ਹੁਣ ਇਹ ਸਾਬਤ ਕਰਨਾ ਪਵੇਗਾ ਕਿ ਉਹ ਕਿਸਾਨਾਂ ਦੇ ਦਬਾਬ ਦਾ ਰਾਜਨੀਤਿਕ ਡਰਾਮਾ ਨਹੀਂ ਕਰ ਰਹੀ ਉਹ ਬਸਪਾ ਵਰਗੇ ਨਵੇਂ ਸਾਥੀ ਵੀ ਲੱਭ ਸਕਦੀ ਹੈ ਕਾਂਗਰਸ ਅਤੇ ਆਪ ਜਿਸ ਤਰ੍ਹਾਂ ਕਹਿੰਦੇ ਕਿ ਕਿਸਾਨਾਂ ਦੇ ਇਸ ਕੰਦੇ ਨਾਲ ਕੰਦਾ ਮਿਲਾ ਕੇ ਕਹਿੰਦੇ ਜਿਵੇਂ ਕਿਸਾਨਾਂ ਨਾਲ ਲੱਗ ਰਿਹਾ ਕਿ ਇਹ ਮੋੜੇ ਨਾਲ ਮੋੜਾ ਜੋੜ ਕੇ ਚੱਲ ਰਹੇ ਨੇ ਇਹ ਸਭ ਤੋਂ ਕਿਸਾਨ ਹਤੈਸ਼ੀ ਇਹੀ ਨੇ ਆਵਾਦਵੀਂ ਪਾਰਟੀ ਤੇ ਕਾਂਗਰਸੀ ਕਹਿੰਦੇ ਜਿਵੇਂ ਉਹ ਚੱਲ ਰਹੇ ਨੇ ਹੁਣ ਅਕਾਲੀ ਵੀ ਕਹਿਣਗੇ ਕਿ ਉਹ ਵੀ ਕਿਸਾਨਾਂ ਦੇ ਨਾਲ ਸੱਤਾ ਸੁੱਖ ਛੱਡ ਕੇ ਆਏ ਨੇ ਦਿੱਲੀ ਦੀ ਕੁਰਸੀ ਛੱਡ ਕੇ ਆਏ ਨੇ ਸੋ ਵੀ ਉਸੇ ਰਾਹ ਤੇ ਚੱਲਣਗੇ ਬੇਸ਼ੱਕ ਇਹ ਡਰ ਡਰ ਭਰਿਆ ਫੈਸਲਾ ਸੀ ਬੇਸ਼ੱਕ ਇਹ ਪੰਜਾਬ ਚੋ ਵੋਟ ਬੈਂਕ ਖੁੱਸਣ ਕਰਕੇ ਫੈਸਲਾ ਸੀ ਪਰ ਪੰਜਾਬ ਦੀ ਰਾਜਨੀਤੀ ਹੁਣ ਪੂਰੀ ਤਰ੍ਹਾਂ ਆਗਾਮੀ ਵਿਧਾਨ ਸਭਾ ਚੋਣਾਂ ਤੇ ਕੇਂਦਰਿਤ ਹੋ ਕੇ ਰਹਿ ਗਈ ਹੈ। ਅਗਲੇ ਚੋਣਾਂ ਤੱਕ ਮੁੱਖ ਮੰਤਰੀ ਕੈਪਟਨ ਅੰਦਰ ਸਿੰਘ 80 ਸਾਲ ਦੇ ਕਰੀਬ ਹੋ ਜਾਣਗੇ। ਉਹ ਚੋਣ ਲੜਨ ਦਾ ਐਲਾਨ ਕਰ ਚੁੱਕੇ ਨੇ। ਪ੍ਰਕਾਸ਼ ਸਿੰਘ ਬਾਦਲ ਸਰਗਰਮ ਨਹੀਂ ਹਨ। ਸੁਖਵੀਰ ਬਾਦਲ ਨੂੰ ਹੀ ਆਪਣੀ ਪ੍ਰਧਾਨਗੀ ਫੇਰ ਸਾਬਤ ਕਰਨੀ ਪੈਣੀ ਆ ਜਿਸ ਵਿੱਚ ਹੁਣ ਤਰ੍ਹਾਂ ਉਹ ਬੁਰੀ ਤਰ੍ਹਾਂ ਸਫਲ ਨਹੀਂ ਰਹੇ। ਸੁਖਵੀਰ ਬਾਦਲ ਕਹਿੰਦੇ ਅਜੇ ਆਪਣੀ ਪੂਰੀ ਤਰ੍ਹਾਂ ਪ੍ਰਧਾਨਗੀ ਸਫਲ ਨਹੀਂ ਰਹੇ ਪਰ ਉਹਨਾਂ ਲਈ ਫੇਰ ਸਫਲਤਾ ਸਾਬਤ ਕਰਨ ਲਈ ਆਪਣੇ ਆਪ ਨੂੰ ਸਾਫ਼ਰ ਕਰਨ ਦਾ ਇੱਕ ਮੌਕਾ ਹੋਰ ਹੋਣਾ। ਤੇ ਆਖਰੀ ਸਵਾਲ ਸ਼੍ਰੋਮਣੀ ਅਕਾਲੀ ਦਲ ਦੇ ਇਸ ਫੈਸਲੇ ਦਾ ਹੋਰ ਸੂਬਿਆਂ ਤੇ ਕੀ ਅਸਰ ਪਵੇਗਾ ਆਪਣੀ ਗੱਲ ਸੁਮੇਟਦਿਆਂ ਗ੍ਰਿਸ਼ਣ ਸ਼ਰਮਾ ਲਿਖਦੇ ਨੇ ਕਿ ਸਿੱਖਾਂ ਦੀ ਤਦਾਦ ਪੰਜਾਬ ਤੋਂ ਬਾਹਰ ਵੀ ਖਾਸੀ ਹੈ ਦਿੱਲੀ ਸਣੇ ਉਹਨਾਂ ਸੂਬਿਆਂ ਵਿੱਚ ਇਸ ਦਾ ਅਸਰ ਬਖਾਈ ਦੇਵੇਗਾ ਹਰਿਆਣਾ ਵਿੱਚ ਭਾਜਪਾ ਜਨ ਨਾਇਕ ਜਨਤਾ ਪਾਰਟੀ ਦੇ ਸੰਝ ਵਿੱਚ ਸਰਕਾਰ ਚਲਾ ਰਹੀ ਹੈ ਜੋ ਚੌਧਰੀ ਦੇਵੀ ਲਾਲ ਦੇ ਪਰਿਵਾਰ ਤੋਂ ਨਿਕਲੀ ਹੈ ਜੀ ਜੀ ਪੀ ਨਾਲ ਸਮਰਥਨ ਵਾਪਸ ਲੈਣ ਦਾ ਦਬਾਅ ਵਧੇਗਾ ਉਹਦੇ ਵੀ ਦਬਾਅ ਬਣੇਗਾ ਤੇ ਆਉਂਦੇ ਦਿਨਾਂ 'ਚ ਕੁਝ ਅੰਦਰ ਚੱਲ ਵੀ ਰਿਹਾ ਉੱਥੇ ਖਾਸਾ ਕੁਝ ਹਾਲਾਂਕਿ ਸਮਰਥਨ ਵਾਪਸ ਲੈਣਾ ਇਹਨਾਂ ਆਸਾਨ ਨਹੀਂ ਹੋਏਗਾ ਕਿਉਂਕਿ ਉੱਥੇ ਜੀ ਜੀ ਪੀ ਵਿੱਚ ਟੁੱਟਦੇ ਅਸਰ ਬਣੇ ਹੋਣ ਜੀ ਜੀ ਪੀ ਉਹਨਾਂ ਟੁੱਟ ਚੁਵੇ ਕਿਤੇ ਇਹ ਵੀ ਸੰਭਾਵਨਾ ਹੈ ਭਾਜਪਾ ਦੀ ਸਰਕਾਰ ਤਦ ਤੱਕ ਨਹੀਂ ਗਿਰ ਪਾਏਗੀ ਜਦੋਂ ਤੱਕ ਉਹਨਾਂ ਕੋਲ ਉਹਨਾਂ ਨੂੰ ਉਹਨਾਂ ਦੇ ਆਪਣੇ ਧਗਾ ਨਹੀਂ ਦਿੰਦੇ ਸੋ ਸੁਖਵੀਰ ਬਾਦਲ ਨੇ ਜੰਮੂ ਕਸ਼ਮੀਰ ਵਿੱਚ ਪੰਜਾਬੀ ਨੂੰ ਬਾਹਰ ਕਰਨ ਦਾ ਵੀ ਕਹਿੰਦੇ ਮੁੱਦਾ ਚੁੱਕਿਆ ਉਹ ਉਹ ਉਹਨਾਂ ਨੇ ਇਹਦਾ ਵੀ ਵਿਰੋਧ ਕੀਤਾ ਹੈ ਅਜਿਹਾ ਵੀ ਅਕਾਲੀ ਦਲ ਪੰਜਾਬੀ ਦੇ ਨਾਂ ਤੇ ਰਾਜਨੀਤੀ ਨੂੰ ਦੂਜੇ ਪ੍ਰਦੇਸ਼ਾਂ ਚ ਵੀ ਲਿਜਾ ਸਕਦਾ ਪਰ ਅਕਾਲੀ ਦਲ ਲਈ ਪੰਜਾਬ ਦੇ ਵਿੱਚ ਮੁੜ ਕੇ ਆਪਣੀ ਜ਼ਮੀਨ ਹਾਸਲ ਕਰਨਾ ਜਿੱਥੇ ਮੁਸ਼ਕਲ ਹੈ ਉੱਥੇ ਭਾਜਪਾ ਲਈ ਇਹ ਕਹਿੰਦੇ ਬਿਲਕੁਲ ਆਸਾਨ ਨਹੀਂ ਸੋ ਇਸ ਹਵਾਲੇ ਨਾਲ ਵੀ ਤੁਹਾਡੇ ਤੱਕ ਮੈਂ ਕੁਝ ਵੱਖਰੀ ਖਬਰ ਰੱਖਣੀ ਚਾਹੁੰਦਾ ਸੀ ਸੋ ਕੋਸ਼ਿਸ਼ ਇਹ ਸੀ ਤੇ ਇਸੇ ਤਰ੍ਹਾਂ ਦੀ ਇੱਕ ਖਬਰ ਜਿਹੜੀ ਪਿਛਲੇ ਦਿਨੀ ਸਾਹਮਣੇ ਆਈ ਸੀ ਕਿ ਪੰਜਾਬ ਦੇ ਵਿੱਚ ਹੁਣ 11 ਲੱਖ ਤੋਂ ਵੱਧ ਕਿਸਾਨ ਇਸ ਬਿੱਲ ਦੀ ਮਾਰੇ ਠਾਉਣ ਵਾਲੇ ਨੇ ਹੈ ਮੱਧ ਪ੍ਰਦੇਸ਼ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਤੇ ਰਾਜਸਥਾਨ ਸਭ ਤੋਂ ਵੱਧ ਇਸ ਖੇਤਰ ਦੇ ਕਿਸਾਨ ਨੇ ਜਿਨ੍ਹਾਂ ਦੇ ਉੱਤੇ ਮਾਰ ਪੈ ਰਹੀ ਹੈ ਇਹਨਾਂ ਬਿੱਲਾਂ ਦੀ ਜਿਹਨੂੰ ਕਾਨੂੰਨੀ ਰੂਪ ਦਿੱਤਾ ਗਿਆ ਸੋ ਉਸ ਦੇ ਉੱਤੇ ਵੀ ਥੋੜੀ ਜਿਹੀ ਨਜ਼ਰਸਾਨੀ ਕਰਾਂਗੇ ਪਰ ਸਮਾਂ ਇੱਕ ਛੋਟੀ ਜੀ ਬ੍ਰੇਕ ਦਾ ਬ੍ਰੇਕ ਲਈ ਰੁਕਾਂਗੇ ਹੁਣੇ ਪਰਸਨ ਦੀ ਵਕਤ ਰੋਬੀਜ਼ਨ ਪੰਜਾਬ ਟੀਵੀ ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਪ੍ਰੋਗਰਾਮ ਖਬਰਾਂ ਦੀ ਖਬਰ ਚ ਇੱਕ ਵਾਰ ਫਿਰ ਸਵਾਗਤ ਹੈ ਜੀ ਇੱਕ ਪਾਸੇ ਕਿਸਾਨ ਅੰਦੋਲਨ ਸਿਖਰਾਂ ਤੇ ਨੇ ਦੂਜੇ ਪਾਸੇ ਸਿੰਗਰ ਗਾਇਕ ਵੱਡੀ ਤਦਾਦ ਦੇ ਵਿੱਚ ਬਾਹਰ ਆਏ ਨੇ ਚੰਗਾ ਲੱਗਾ ਕਿ ਪੰਜਾਬ ਦੇ ਗਾਇਕ ਜਾਗੇ ਨੇ ਪੰਜਾਬ ਦੇ ਕਲਾਕਾਰ ਜਾਗੇ ਨੇ ਪੰਜਾਬ ਦਾ ਆਵਾਮ ਜਾਗਿਆ ਧਰਨੇ ਪ੍ਰਦਰਸ਼ਨਾਂ 'ਚ ਬਾਹਰ ਆਏ ਨੇ ਪਰ ਇਹ ਸਭ ਦੇ ਵਿੱਚੋਂ ਜਿੱਥੇ ਕਿਸਾਨ ਮੁੱਦਿਆਂ ਦੇ ਉੱਤੇ ਅਕਾਲੀ ਦਲ ਆਪਣੇ ਪੈਰ ਲਾਉਣ ਨੂੰ ਫਿਰਦਾ ਆਮ ਆਦਮੀ ਪਾਰਟੀ ਤੇ ਕਾਂਗਰਸ ਇਸ ਮੁੱਦੇ ਤੇ ਦੁਬਾਰਾ 2022 'ਚ ਸੱਤਾ ਹਾਸਲ ਕਰਨ ਦੀਆਂ ਸਕੀਮਾਂ ਘੜ ਰਹੀ ਹੈ ਪੰਜਾਬ ਦੀ ਭਾਜਪਾ ਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਕੀ ਕਰੀਏ ਬਾਕੀ ਦਲ ਹੁਣ ਸਮਝ ਨਹੀਂ ਪਾਰੇ ਕਿੱਧਰ ਨੂੰ ਜਾਈਏ ਇਹ ਸਭ ਦੇ ਵਿੱਚ ਕਿਸਾਨ ਅੰਦੋਲਨਾਂ ਦੇ ਵਿੱਚੋਂ ਵੀ ਕੁਝ ਚਿਹਰੇ ਆਪਣੇ ਆਪ ਨੂੰ ਰਾਜਨੀਤਿਕ ਜ਼ਮੀਨ ਤਲਾਸ਼ਣ ਲੱਗੇ ਨੇ ਚਾਹੇ ਉਹਨਾਂ ਚੋਂ ਕੁਝ ਗਾਇਕ ਹੋਣ ਚਾਹੇ ਉਹ ਲੱਖਾ ਸਦਾਨਾ ਹੋਵੇ ਚਾਹੇ ਦੀਪ ਸਿੱਧੂ ਹੋਵੇ ਚਾਹੇ ਮੂਸੇ ਆਲਾ ਹੋਵੇ ਚਾਹੇ ਬਾਬਾ ਹੋਵੇ ਕੁਝ ਇਹ ਵੀ ਲੀਡਰ ਬਣਨ ਨੂੰ ਫਿਰਦੇ ਨੇ ਕੁਝ ਨਵੀਂ ਪਾਰਟੀਆਂ ਦੇ ਸੁਪਨੇ ਵੀ ਲੈਂਦੇ ਨੇ ਐ ਕੁਝ ਹੋਰ ਗੱਠ ਜੋੜਾਂ ਦੇ ਸੁਪਨੇ ਵੀ ਲੈਂਦੇ ਨੇ ਕੁਝ ਕਈ ਨਵੀਂ ਪੁਰਾਣੀਆਂ ਪਾਰਟੀਆਂ ਦੀ ਪੌੜੀਆਂ ਵੀ ਚੜ੍ਹਨਾ ਚਾਹੁੰਦੇ ਨੇ ਸੋ ਕੋਈ ਐਮਐਲਏ ਬਣਨ ਦੇ ਕੋਈ ਕੈਬਨਿਟ ਮੰਤਰੀ ਬਣਨ ਦੇ ਕਈ ਮੁੱਖ ਮੰਤਰੀ ਬਣਦੇ ਇਸ ਦੌਰਾਨ ਕਿਸਾਨ ਅੰਦੋਲਨ ਜਿਹੜੇ ਕਿਸਾਨ ਸੰਗਠਨ ਨੇ ਉਹਨਾਂ ਦੇ ਜਿਹੜੇ ਰਵਾਇਤੀ ਲੀਡਰ ਨੇ ਜਿਹੜੇ ਅਸਲ ਜਿਹ ਧਰਤੀ ਦੇ ਲੀਡਰ ਨੇ ਉਹਨਾਂ ਚੋਂ ਵੀ ਕੁਝ ਲੀਡਰਾਂ ਦੇ ਉੱਤੇ ਬਖਵਕ ਪਾਰਟੀਆਂ ਦੀ ਜਾਂ ਨਵੇਂ ਪਾਰਟੀ ਜਿਹੜੀ ਜਨਮ ਲੈਣ ਵਾਲੀਆਂ ਉਹਨਾਂ ਦੀ ਵੀ ਨਜ਼ਰ ਬਣੀ ਹੋਈ ਆ ਸੋ ਬਖਵਕ ਖੇਤਰਾਂ ਦੇ ਵਿੱਚ ਲੇਖਕ ਖੇਤਰਾਂ ਦੇ ਵਿੱਚ ਪੱਤਰਕਾਰਤਾ ਦੇ ਖੇਤਰ ਦੇ ਵਿੱਚ ਕਲਾਕਾਰ ਦੇ ਖੇਤਰਾਂ ਦੇ ਵਿੱਚ ਹੈ ਸੋ ਇਹ ਕਿਸਾਨ ਅੰਦੋਲਨਾਂ ਦੇ ਕਿਸਾਨੀ ਲੀਡਰਾਂ ਦੇ ਵਿੱਚ ਮਜ਼ਦੂਰ ਲੀਡਰਾਂ ਦੇ ਵਿੱਚੋਂ ਜੂਨੀਅਰ ਲੀਡਰਾਂ ਦੇ ਵਿੱਚੋਂ ਉਹਨਾਂ ਦੇ ਵਿੱਚ ਵੀ ਕੁਝ ਚਿਹਰਿਆਂ ਦੇ ਉੱਤੇ ਪੁਰਾਣੀਆਂ ਪਾਰਟੀਆਂ ਦੀ ਵੀ ਨਜ਼ਰ ਜਾ ਰਹੀ ਹੈ ਤੇ ਨਵੀਆਂ ਪਾਰਟੀਆਂ ਬਣਨ ਵਾਲੇ ਵੀ ਸੋਚ ਰਹੇ ਨੇ ਕਿ ਆਹ ਵੀ ਕੰਮ ਆ ਸਕਦਾ ਆ ਵੀ ਸੋ ਕੁਝ ਨਵੇਂ ਚਿਹਰੇ ਹੈ ਜਿੱਥੇ ਤਾਂ ਸਾਹਮਣੇ ਆ ਸਕਦੇ ਨੇ ਉੱਥੇ ਕੁਝ ਲੋਕ ਆਪਣੀ ਰਾਜਨੀਤਿਕ ਜ਼ਮੀਨ ਵੀ ਤਲਾਸ਼ ਹੋਏ ਨੇ ਪਰ ਚਿੰਤਾ ਇਹ ਆ ਜਨਾਬ ਕਿ ਖੇਤੀ ਬਿੱਲ ਲੋਕ ਸਭਾ ਰਾਜ ਸਭਾ ਤੋਂ ਪਾਸ ਹੋਣ ਤੋਂ ਜਦੋਂ ਕਾਨੂੰਨ ਦਾ ਰੂਪ ਤਾਰ ਗਏ ਤਾਂ ਪੰਜਾਬ ਤੇ ਮੱਡੀ ਮਾਰ ਪੈ ਰਹੀ ਹੈ ਪੰਜਾਬ ਦੇ 11 ਲੱਖ 25000 ਤੋਂ ਵੱਧ ਕਿਸਾਨੇ ਦੀ ਲਪੇਟੇ ਚਾਰੇ ਨੇ ਬਿਲਕੁਲ ਜੀ ਨਮਕੀ ਖੇਤੀਬਿਲ ਕਾਰਨ ਪੰਜਾਬ ਦੇ 11,25,000 ਕਿਸਾਨਾਂ ਦੇ ਗਲੇ ਦੀ ਹੱਡੀ ਬਣ ਗਏ ਨੇ ਮਤਲਬ ਤੁਸੀਂ ਇੱਥੋਂ ਹਿਸਾਬ ਲਾ ਲੋ ਕਿ ਜਿਹੜਾ ਮੱਧ ਪ੍ਰਦੇਸ਼ ਹੈ ਉੱਥੇ 16 ਕੁ ਲੱਖ ਦੇ ਕਰੀਬ ਪੰਜਾਬ ਆ ਜਿਹੜਾ ਉਹ 11 ਕੁ ਲੱਖ ਤੋਂ ਵੱਧ ਹੈ ਜੀ ਹਰਿਆਣਾ ਇਹ ਜਿਹੜਾ ਜਿਹੜਾ ਮਤਲਬ ਕਿ ਆਪਾਂ ਸੀਜ਼ਨ ਦੇ ਹਵਾਲੇ ਚੱਕਰ ਗੱਲ ਕਰੀਏ ਇਕਰ ਮੈਂ ਕਣਕ ਦੇ ਸੀਜ਼ਨ ਦੇ ਹਵਾਲੇ ਨਾਲ ਗੱਲ ਕਰਾਂ ਜਿਹੜਾ ਪਿਛਲਾ ਸੀਜ਼ਨ ਲੰਘ ਕੇ ਗਿਆ ਤਾਂ ਲੰਗੇ ਸੀਜ਼ਨ ਕਣਕ ਦੀ ਫਸਲ ਜਿਨ੍ਹਾਂ ਨੇ ਮੰਡੀ ਚ ਆ ਕੇ ਵੇਚੀ ਹੈ ਜਿਹੜਾ ਰਿਕਾਰਡ ਹੈ ਉਹਦੇ ਵਿੱਚ ਮੱਧ ਪ੍ਰਦੇਸ਼ ਦੇ 16 ਕੁ ਲੱਖ ਕਿਸਾਨ ਕਣਕ ਵੇਚ ਕੇ ਗਏ ਨੇ ਪੰਜਾਬ ਦੇ 11 ਕੁ ਲੱਖ ਦੇ ਕਰੀਬ ਕਿਸਾਨ ਕਣਕ ਵੇਚ ਕੇ ਗਏ ਨੇ ਹ ਉਸ ਤੋਂ ਬਾਅਦ ਵਾਰੀ ਆਉਂਦੀ ਹੈ ਹਰਿਆਣਾ ਦੀ ਹਰਿਆਣਾ ਦਾ 8 ਕੁ ਲੱਖ ਕਿਸਾਨ ਮੰਡੀ 'ਚ ਕਣਕ ਵੇਚ ਕੇ ਗਿਆ ਉਸ ਤੋਂ ਬਾਅਦ ਉੱਤਰ ਪ੍ਰਦੇਸ਼ ਦੀ ਵਾਰੀ ਆਉਂਦੀ ਹੈ ਜਿੱਥੇ 7 ਕੁ ਲੱਖ ਦੇ ਕਰੀਬ ਤੇ ਫਿਰ ਰਾਜਸਥਾਨ 2.5 ਕੁ ਲੱਖ ਦੇ ਕਰੀਬ ਸੋ ਜਦੋਂ ਕੋਰੇ ਜਦੋਂ ਕਿ ਕੁੱਲ ਕਿਸਾਨ ਪੰਜਾਬ ਦਾ ਜਿਹੜਾ ਪ੍ਰਭਾਵਿਤ ਹੋਣਾ ਹੈ ਨਾ ਬਿਲਾ ਕਰਨ ਉਹ 11.5 ਲੱਖ ਤੋਂ ਵੱਧ ਹੈ ਸੋ ਦੂਸਰੇ ਪਾਸੇ 3 ਲੱਖ ਤੋਂ ਵੱਧ ਜਿਹੜਾ ਖੇਤੀ ਮਜ਼ਦੂਰਾਂ ਨੇ ਪ੍ਰਭਾਵਿਤ ਹੋਣਾ ਸੋ ਜਦੋਂ ਫਸਲਾਂ ਦੇ ਭਾਅ ਮਤਲਬ ਕਿ ਇਸ ਢੰਗ ਨਾਲ ਤੈਅ ਹੋਣਗੇ ਕਿ ਜਿਹੜਾ ਪੈਦਾ ਕਰ ਰਿਹਾ ਉਹਨੇ ਤੈਅ ਨਹੀਂ ਕਰਨਾ ਕਿਸੇ ਹੋਰ ਨੇ ਤੈਅ ਕਰਨੇ ਆ ਪਹਿਲਾਂ ਵੀ ਅਸੀਂ ਸਰਕਾਰਾਂ ਦੇ ਸੀ ਹੁਣ ਪ੍ਰਾਈਵੇਟ ਵਪਾਰੀਆਂ ਦੇ ਹਵਾਲੇ ਹੋਵਾਂਗੇ ਤਾਂ ਵੱਡੀ ਚਿੰਤਾ ਹੈ ਕੇਂਦਰੀ ਖੁਰਾਕ ਤੇ ਸਪਲਾਈ ਮੰਤਰਾਲੇ ਅਨੁਸਾਰ ਪੰਜਾਬ ਦੇ ਵਿੱਚ 11 ਕੋ ਲੱਖ ਦੇ ਕਰੀਬ ਕਿਸਾਨਾਂ ਨੇ ਲੰਘੇ ਸੀਜ਼ਨ ਦੇ ਵਿੱਚ ਕਣਕ ਦੀ ਫਸਲ ਸਰਕਾਰੀ ਭਾਅ ਤੇ ਵੇਚੀ ਸੀ ਜਦੋਂ ਕਿ ਸਾਲ 2019-20 ਦੇ ਵਿੱਚ ਤੇ ਸੀਜ਼ਨ ਵਿੱਚ ਪੰਜਾਬ ਦੇ ਸਾਢੇ 11 11 ਲੱਖ 25 ਹਜ਼ਾਰ 11 ਲੱਖ 25 ਹਜ਼ਾਰ ਕਿਸਾਨਾਂ ਨੇ ਝੋਨੇ ਦੀ ਫਸਲ ਸੋ ਇਹਦਾ ਮਤਲਬ ਝੋਨਾ ਵੱਧ ਬੀਜਿਆ ਗਿਆ ਕਣਕ ਚਲੋ ਘੱਟ ਬੀਜੇਗੀ ਪਰ ਇੱਥੋਂ ਸਮਝ ਆਉਂਦਾ ਕਿ ਇਹਦਾ ਮਤਲਬ 1.5 11 ਲੱਖ ਦੇ ਕਰੀਬ 11 ਲੱਖ 25 ਹਜ਼ਾਰ ਦੇ ਕਰੀਬ ਤੱਕ ਕਿਸਾਨ ਸਿੱਧਾ ਇਹਨਾਂ ਬਿਲਾ ਕਰਨ ਪ੍ਰਭਾਵਿਤ ਹੋਣ ਵਾਲਾ ਸੋ ਮੱਧ ਪ੍ਰਦੇਸ਼ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਤੇ ਰਾਜਸਥਾਨ ਇਸ ਸੂਬੇ ਸਿੱਧੇ ਰੂਪ ਚ ਵੱਧ ਪ੍ਰਭਾਵ ਥੋਣੇ ਨੇ ਜਦੋਂ ਕਿ ਬਾਕੀ ਸੂਬਿਆਂ ਦੇ ਵਿੱਚ ਵੀ ਕਿਸਾਨਾਂ ਨੂੰ ਮਾਰ ਪੈਣੀ ਆ ਜਿੱਥੇ ਪਹਿਲਾਂ ਐਮਐਸਪੀ ਨਹੀਂ ਮਿਲਦੀ ਸੀ ਉੱਥੇ ਜ਼ਮੀਨਾਂ ਖਾਲੀ ਛਡਨੀਆਂ ਪੈਂਦੀਆਂ ਬਿਹਾਰ ਵਰਗੇ ਸੂਬੇ ਦੀ ਉਦਾਹਰਣ ਨੇ ਤੇ ਹੁਣ ਜੇਕਰ ਪੰਜਾਬ ਵਿੱਚ ਵੀ ਐਮਐਸਪੀ ਮਿਲਣੀ ਬੰਦ ਹੋ ਗਈ ਤੋ ਕਿਤੇ ਅਸੀਂ ਮਜ਼ਦੂਰੀ ਜੋਗੇ ਨਾ ਰਹਿ ਜਾਈਏ ਬਿਹਾਰ ਵਾਲੇ ਤਾਂ ਇੱਥੇ ਆ ਕੇ ਮਜ਼ਦੂਰੀ ਕਰ ਲੈਂਦੇ ਨੇ ਪੰਜਾਬ ਫਿਰ ਕਿੱਥੇ ਜਾ ਕੇ ਮਜ਼ਦੂਰੀ ਕਰੇਗਾ ਪੰਜਾਬ ਦਾ ਮਜ਼ਦੂਰ ਤਾਂ ਮਰੀ ਰਿਹਾ ਕਿਸਾਨ ਨੂੰ ਮਰਨ ਲਈ ਛੱਡ ਦਿੱਤਾ ਗਿਆ ਸੋ ਇਸ ਲਈ ਹੁਣ ਜਦੋਂ ਕਾਨੂੰਨੀ ਰੂਪ ਧਾਰ ਚੁੱਕਿਆ ਏ ਤੈਨੋਂ ਆਰਡੀਨੈਂਸ ਉਸ ਤੋਂ ਬਾਅਦ ਰਣਨੀਤੀ ਬਦਲਨੀ ਪੈਣੀ ਹੈ ਰਾਜਨੀਤਿਕ ਤੇ ਰਣ ਉਹ ਵੀ ਕਿਸਾਨਾਂ ਦੇ ਮਗਰ ਖੜ ਕੇ ਸੋਚਣਾ ਪੈਣਾ ਹੈ ਨਾ ਕਿ 2022 ਪਹਿਲਾ ਮਿਸ਼ਨ ਇਹਨਾ ਬਿਲਾ ਨੂੰ ਕਿਵੇਂ ਰੋਕ ਸਕਦੇ ਹਾਂ ਇਹਨਾ ਬਿਲਾ ਨੂੰ ਕਿਵੇਂ ਸੁਧਾ ਸਕਦੇ ਹਾਂ ਇਹਨਾਂ ਦੀ ਸੋਧ ਕਿਵੇਂ ਕਰਾ ਸਕਦੇ ਹਾਂ ਚੌਥਾ ਆਰਡੀਨੈਂਸ ਕਿਵੇਂ ਲਿਆ ਸਕਦੇ ਹਾਂ ਕਿ ਹਾਂ ਐਮਐਸਪੀ ਤੋਂ ਘੱਟ ਕੋਈ ਨਹੀਂ ਖਰੀਦੇਗਾ ਹੈ ਖੇਤਾਂ ਦੇ ਉੱਤੇ ਕਬਜ਼ੇ ਨਹੀਂ ਹੋਣਗੇ ਖੇਤਾਂ ਦੇ ਮਾਮਲੇ ਕੋਟਾਂ 'ਚ ਉਲਝ ਕੇ ਕਿਸਾਨਾਂ ਨਾਲ ਧੋਖਾ ਨਹੀਂ ਹੋਵੇਗਾ ਇਹਨਾਂ ਦਾ ਭਰੋਸਾ ਕੌਣ ਦਵਾਏਗਾ ਜੇਕਰ ਉਹ ਚੌਥਾ ਆਰਡੀਨੈਂਸ ਲਿਆਉਣਾ ਹੈ ਕਿਕਰ ਉਸ ਤੇ ਕੰਮ ਕਰਨਾ ਤਾਂ ਮਿਸ਼ਨ 2022 ਛੱਡ ਕੇ ਮਿਸ਼ਨ ਖੇਤੀ ਆਰਡੀਨੈਂਸਾਂ ਦੀ ਉੱਤੇ ਧਿਆਨ ਦੇਣਾ ਪਵੇਗਾ ਤੇ ਕਿਸਾਨਾਂ ਦੇ ਮਗਰ ਖੜ ਕੇ ਕਿਸਾਨ ਜੱਥੇਬੰਦੀਆਂ ਨੂੰ ਵੀ ਗਾਇਕਾ ਸਿੰਘ ਰਾ ਕਲਾਕਾਰਾਂ ਨੂੰ ਵੀ ਕੰਮ ਕਰਨਾ ਪਏਗਾ ਨਾ ਕਿ ਆਪਣੀ ਆਪਣੀ ਟਫਲੀ ਆਪਣਾ ਆਪਣਾ ਰਾਗ ਜਾਂ ਆਪਣੇ ਚਿਹਰੇ ਉਵਾਰਨ ਦੀ ਕੋਸ਼ਿਸ਼ ਨਾ ਹੋਵੇ ਪੰਜਾਬ ਬਚਾਉਣ ਦੀ ਕੋਸ਼ਿਸ਼ ਹੋਵੇ ਪੰਜਾਬ ਦੀ ਕਿਸਾਨੀ ਬਚਾਉਣ ਦੀ ਕੋਸ਼ਿਸ਼ ਹੋਵੇ ਸੋਸ ਦੇ ਉੱਤੇ ਸਾਡੀ ਨਜ਼ਰ ਬਣੀ ਰਹੇਗੀ ਅੰਦਰ ਦੀਆਂ ਖਬਰਾਂ ਤੁਹਾਡੇ ਤੱਕ ਲਿਆ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਰਾਂਗੇ ਫਿਰ ਪਰਤਾਂਗੇ ਨਾਮੀ ਖਬਰਾਂ ਦੀ ਕਰਾਂਗੇ ਫੁਰਲਾ ਪਰਲੀ ਤੁਸੀਂ ਵੇਖਦੇ ਰਹੋ ਵੀਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ